62 ਵੋਟਾਂ ਦੇ ਨਾਲ 62 ਵੋਟਾਂ ਦੇ ਵੱਡੇ ਫਰਕ ਦੇ ਨਾਲ ਬੀਬੀ ਜਾਗੀਰ ਕੌਰ ਦੀ ਜੋ ਹਾਰ ਹੋਈ ਔਰ ਜਿੰਦਰ ਸਿੰਘ ਤਾਮੀ 104 ਵੋਟਾਂ ਜਿਨ੍ਹਾਂ ਨੇ ਹਾਸਲ ਕੀਤੀ ਇੱਕ ਵਾਰ ਫਿਰ ਤੋਂ ਐਸਜੀਪੀਸੀ ਦੇ ਪ੍ਰਧਾਨ ਬਣੇ ਤਾਂ ਬੀਬੀ ਜਾਗੀਰ ਕੌਰ ਨੇ ਵੱਡੇ ਇਲਜ਼ਾਮ ਲਗਾਏ ਨੇ ਹਾਰ ਮਿਲਣ ਤੋਂ ਬਾਅਦ ਵੱਡੇ ਇਲਜ਼ਾਮ ਬੀਬੀ ਜਾਗੀਰ ਕੌਰ ਦੇ ਐਸਜੀਪੀਸੀ ਚੋਣ ਦੇ ਮੌਕੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਨੇ ਐਸਜੀਪੀਸੀ ਦੀ ਚੋਣਾਂ ਮੌਕੇ ਗੁੰਡਾਗਰਦੀ ਕੀਤੀ ਗਈ ਹੈ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਮੈਂਬਰਾਂ ਨੂੰ ਡਰਾਇਆ ਗਿਆ ਮੈਂਬਰਾਂ ਨੂੰ ਧਮਕਾਇਆ ਗਿਆ ਧੱਕੇਸ਼ਾਹੀ ਕੀਤੀ ਗਈ ਹੈ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਪੰਥ ਨੂੰ ਬਚਾਉਣ ਦੇ ਲਈ ਜੰਗ ਜਾਰੀ ਰਹੇਗੀ ਇੱਕ ਵੀ ਮਹਿਲਾ ਨੂੰ ਐਗਜ਼ੀਕਿਊਟਿਵ ਮੈਂਬਰ ਨਹੀਂ ਬਣਾਇਆ ਗਿਆ ਬੀਬੀ ਜਾਗੀਰ ਕੌਰ ਨੇ ਕਿਹਾ ਫਿਰ ਤੋਂ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਹਾਰਨ ਤੋਂ ਬਾਅਦ ਬੀਬੀ ਜਾਗੀਰ ਕੌਰ ਨੇ ਵੱਡੇ ਇਲਜ਼ਾਮ ਲਗਾਏ ਨੇ ਧੱਕੇਸ਼ਾਹੀ ਦੇ ਸਵਾਜ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਹੈ ਤੇ ਬੀਬੀ ਜਾਗੀਰ ਕੌਰ ਸਾਡੇ ਨਾਲ ਹੈਗੇ ਨੇ ਬੀਬੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਵਰਕਰ ਆ ਪਰ ਅੱਜ ਪਹਿਲੀ ਵਾਰ ਅਫਸੋਸ ਹੋ ਰਿਹਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ ਪਹਿਲੀ ਵਾਰ ਵੀ ਇਸ ਇਜਲਾਸ ਦੇ ਵਿੱਚ ਇੱਕ ਵੀ ਬੀਬੀ ਨੂੰ ਨੁਮਾਇੰਦਗੀ ਨਹੀਂ ਦਈ 50% ਔਰਤਾਂ ਨੇ ਕੀ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਹੈਗੀ ਜਾਂ ਕਿਹੜੀ ਬੀਬੀ ਹੈ ਸਾਡੀ ਪੜ੍ਹੀ ਲਿਖੀ ਨਹੀਂ ਹੈਗੀ ਚੋਰ ਬਾਜ਼ਾਰ ਵਾਲੇ ਬੰਦੇ ਇਹਨਾਂ ਨੂੰ ਚਾਹੀਦੇ ਨੇ ਚੋਰੋ ਚੱਕੇ ਚੋਣੇ ਹੋ 42 ਵੋਟਾਂ ਤੋਂ ਅੱਜ ਇਹਨਾਂ ਨੇ ਸਾਬਤ ਕਰਤਾ ਵੀ ਇਹ ਖਾਲਸਾ ਪੰਥ ਦੀ ਜਮਾਤ ਨਹੀਂ ਹੈ ਇਹ ਤਾਂ ਸਿਰਫ ਤੇ ਸਿਰਫ ਸਿਆਸੀ ਲੋਕਾਂ ਦੀ ਜਮਾਤ ਹੈ ਤੇ ਜਿਹਦੇ ਵਿੱਚ ਆ ਕੇ ਇਹਨਾਂ ਨੇ ਇੰਨਾ ਥੱਟ ਕਰਕੇ ਇੰਨਾ ਜ਼ੋਰ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿੱਦਾਂ ਜਥੇਦਾਰ ਕੋਲੋਂ ਐਲਾਨ ਕਰਾਉਣਾ ਹੁੰਦਾ ਹੈ ਕਿ ਭਾਈ ਬੀਬੀ ਨੂੰ ਸਤਿ ਸ਼੍ਰੀ ਅਕਾਲ ਨਾਲ ਬੁਲਾਇਓ ਜਾਂ ਸਤਿ ਸ਼੍ਰੀ ਅਕਾਲ ਬੁਲਾਏਗਾ ਕੋਲ ਬੈਠੇਗਾ ਉਹ ਜੰਗ ਇਹ ਕੌਣ ਮੇਰਾ ਮੁਕਾਬਲਾ ਕਰਨ ਵਾਲੇ ਇਹ ਕੌਣ ਮੇਰਾ ਮੁਕਾਬਲਾ ਜਿਹੜਾ ਹੈ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ ਬੀਬੀ ਜਾਗੀਰ ਕੌਰ ਨੇ ਸਭ ਤੋਂ ਪਹਿਲਾਂ ਜ਼ੀ ਮੀਡੀਆ ਤੇ ਗੱਲਬਾਤ ਕੀਤੀ ਹੈ ਕਿ ਜੰਗ ਜਿਹੜੀ ਹੈ ਇਸੇ ਤਰ੍ਹਾਂ ਜਾਰੀ ਰਹੇਗੀ ਖਾਲਸੇ ਦੀ ਪੰਥ ਲਈ ਮੈਂ ਲੜਦੀ ਹਾਂ ਤੇ ਲੜਦੀ ਰਹਾਂਗੀ ਤੇ ਬੀਬੀਆਂ ਨੂੰ ਬਾਹਰ ਰੱਖਿਆ ਗਿਆ ਹੈ ਕੈਮਰਾਮੈਨ ਗੁਰਜੰਟ ਦੇ ਨਾਲ ਪਰਮਵੀਰ ਸਿੰਘ ਔਲਖ ਜ਼ੀ ਮੀਡੀਆ ਅੰਮ੍ਰਿਤਸਰ